ਕੀ ਲੋੜ ਪੈ ਗਈ ਹੈ? ਕਿਉਂਕਿ ਲਗਾਤਾਰ ਤੁਸੀਂ ਵੇਖਿਆ ਮੋਰਚੇ ਵੀ ਬਥੇਰਾ ਟਾਈਮ ਚੱਲੇ ਹੈ, ਤਾਂ ਉਹ ਕਿਹੜਾ ਇਨਸਾਫ ਅਜੇ ਬਾਕੀ ਪਿਆ? ਪੋਸਟਰ ਲੱਗ ਜਾਂਦੇ ਨੇ, ਡੇਰਾ ਪ੍ਰੇਮੀ ਕਹਿੰਦੇ ਨੇ ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜ਼ੇ 'ਚ ਹੈ, ਲੱਭ ਸਕਦੇ ਹੋ ਲੱਭ ਲਓ, ਹੈ ਵੀ ਬਰਗਾੜੀ 'ਚ, ਅਤੇ ਅਸੀਂ ਉਹਨੂੰ 10 ਲੱਖ ਰੁਪਈਆ ਨਕਦ ਇਨਾਮ ਦੇਵਾਂਗੇ ਸਲਾਤਪੁਰੇ ਡੇਰੇ ਵਿਖੇ। ਉਸ ਵੇਲੇ ਵੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਪੁਲਿਸ ਇੱਕ ਵੀ ਡੇਰਾ ਪ੍ਰੇਮੀ ਨੂੰ ਤਫਤੀਸ਼ ਸ਼ਾਮਿਲ ਨਹੀਂ ਕਰਦੀ। 6:30 ਵਜੇ ਤੜਕਸਾਰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀ ਅੱਤਿਆਚਾਰ ਢਾਇਆ ਜਾਂਦਾ। ਉਹ ਕਹਿੰਦੇ ਨੇ ਵੀ ਜਿਹੜਾ ਵਿਕਰਮਜੀਤ ਸਿੰਘ SP ਸੀ, ਉਹਨੇ ਸਾਨੂੰ ਨਾਲ ਲਿਆ ਕਿ ਉਸ ਪੰਕਜ ਬਾਂਸਲ ਦੀ 12 ਬੋਲ ਦੀ ਰਾਈਫਲ, ਜਿਹੜਾ ਉਹਦਾ ਗਨਮੈਨ ਹੈ, ਉਹਦੇ ਨਾਲ ਉੱਥੋਂ ਦਾ ਇੱਕ ਵਕੀਲ ਹੈ, ਉਸ ਵਕੀਲ ਦੀ ਕੋਠੀ ਦੇ ਵਿੱਚ ਜਿਪਸੀ 'ਤੇ ਗੋਲੀਆਂ ਮਾਰੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਕੀ ਹਰ ਤਰ੍ਹਾਂ ਦੇ ਅਸਲ ਸਬੂਤ ਮਿਟਾ ਕੇ ਅਤੇ ਨਕਲ ਸਬੂਤ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ? ਇੱਥੋਂ ਤੱਕ ਕਿ ਜਿਹੜੇ 2 ਮ੍ਰਿਤਕ ਸਿੱਖ ਨੌਜਵਾਨ ਨੇ, ਉਹਨਾਂ ਦਾ ਨਾਂ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਵਾਸੀ ਸਰਾਵਾਂ, ਉਹਨਾਂ ਦੇ ਸਰੀਰ 'ਚੋਂ ਜਿਹੜੀਆਂ ਗੋਲੀਆਂ ਨਿਕਲੀਆਂ ਉਹ ਵੀ ਟੈਂਪਰ ਕੀਤੀਆਂ ਗਈਆਂ। ਇੱਥੋਂ ਤੱਕ ਉਹਨਾਂ ਨੂੰ ਖੁੱਲ੍ਹ ਸੀ ਬਈ ਤੁਸੀਂ ਜੋ ਮਰਜ਼ੀ ਕਰੋ। ਨਾਲੇ ਤਾਂ ਤਸ਼ੱਦਦ ਕੀਤਾ ਗਿਆ, ਨਾਲੇ ਉਹ ਜ਼ਖਮੀ ਕੀਤੇ ਗਏ, ਅਤੇ ਨਾਲੇ ਉਹਨਾਂ ਨੂੰ ਇਜਾਜ਼ਤ ਵੀ ਨਹੀਂ ਦਿੱਤੀ ਗਈ ਬਈ ਉਹ ਇਲਾਜ ਕਰਵਾ ਸਕਣ। ਇਸ ਤਰ੍ਹਾਂ ਦੇ ਡਾਕਟਰਾਂ ਦੇ ਵੀ ਬਿਆਨ ਹੋਏ ਨੇ। ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੀ ਚਲਾਨ ਪੇਸ਼ ਹੋ ਗਏ ਹੈ, ਹਾਂ ਬਹਿਬਲ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੀ ਜਿਹੜਾ ਚਲਾਨ ਹੋ ਸਕਦਾ ਜਲਦੀ ਪੇਸ਼ ਹੋ ਜੇ, ਫਿਰ ਹੋਰ ਫਿਰ ਕਿਉਂਕਿ ਹੁਣ ਜਦੋਂ ਮਾਣਯੋਗ ਅਦਾਲਤ ਦੇ ਵਿੱਚ ਜਿਹੜਾ ਚੱਲ ਰਿਹਾ ਸਾਰਾ ਸਿਸਟਮ, ਫਿਰ ਵੀ ਜਿਹੜਾ ਇਨਸਾਫ ਵਾਸਤੇ ਫਿਰ ਸੜਕਾਂ 'ਤੇ ਉਤਰਨਾ ਪੈਂਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਚਲਾਨ ਪੇਸ਼ ਕਰਤੇ, ਨਾਮਜ਼ਦ ਕਰਤੇ, ਨਾਮਜ਼ਦ ਮਤਲਬ ਮੁਲਜ਼ਮ ਦੋਸ਼ੀ, ਉਹਨਾਂ ਨੂੰ ਅਦਾਲਤ ਨੇ ਐਲਾਨਣਾ, ਪਰ ਉਹ ਮੁਲਜ਼ਮ ਨੇ ਜਿਹੜੇ ਉਹ ਜ਼ਮਾਨਤਾਂ ਲੈ ਕੇ ਬਾਹਰ ਫਿਰਦੇ ਨੇ। ਜਿਹੜੇ ਬੰਦੀ ਸਿੰਘਾਂ ਦੀ ਉਹ ਗੱਲ ਕਰਦੇ ਨੇ, ਬਹੁਤ ਸਾਰੇ ਉਹ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਦੂਰ ਦੀ ਗੱਲ, ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ। ਮੁੱਖ ਮੰਤਰੀ ਪੰਜਾਬ ਨੇ ਤਾਂ ਕਹਿਤਾ ਸਿੱਧੇ ਤੌਰ 'ਤੇ ਵੀ ਅਸੀਂ ਲੱਗੇ ਹੋਏ ਹਾਂ, ਸਾਨੂੰ ਸਾਰਾ ਕੁਝ ਜਿਹੜਾ ਬਰੀਕੀ ਦੇ ਨਾਲ ਅਸੀਂ ਲੱਗੇ ਹੋਏ ਹਾਂ ਮਿਲ ਰਿਹਾ ਹੈ, ਅਤੇ ਜੇਕਰ ਅਸੀਂ ਨਾ ਇਨਸਾਫ ਦਵਾਵਾਂਗੇ ਤਾਂ ਅਸੀਂ ਵੀ ਦੋਸ਼ੀ ਹੋਵਾਂਗੇ, ਸਾਨੂੰ ਵੀ ਲੋਕ ਨਕਾਰ ਦੇਣਗੇ, ਉਹਨਾਂ ਨੇ ਇਹ ਗੱਲ ਕਹੀ ਹੈ। ਉਹਨਾਂ ਨਾਲ ਮੈਂ ਵੀ ਗੱਲ ਕੀਤੀ ਹੈ, ਤਾਂ ਉਹ ਇਹੀ ਕਹਿੰਦੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਇਹੀ ਕਹਿੰਦੇ ਸੀ ਅਸੀਂ ਲੱਗੇ ਹੋਏ ਹਾਂ, ਕੈਪਟਨ ਅਮਰਿੰਦਰ ਸਿੰਘ ਵੀ ਇਹੀ ਕਹਿੰਦੇ ਸੀ ਅਸੀਂ ਲੱਗੇ ਹੋਏ ਹਾਂ, ਚਰਨਜੀਤ ਸਿੰਘ ਚੰਨੀ ਵੀ ਇਹੀ ਕਹਿੰਦੇ ਸੀ ਅਸੀਂ ਲੱਗੇ ਹੋਏ ਹਾਂ। ਕਮਿਸ਼ਨ ਦੀ ਅਗਵਾਈ ਵਾਲੇ ਜਿਹੜਾ ਟੀਮ ਹੈ ਉਹਨੂੰ ਐਕਟਿਵ ਕਰਦੇ ਨੇ, ਫਿਰ ਰਣਬੀਰ ਸਿੰਘ ਖੱਟੜਾ ਵੱਲੋਂ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਜਾਂਦਾ, ਇਹਦਾ ਮਤਲਬ ਪੁਲਿਸ ਨੂੰ ਸਾਰਾ ਪਤਾ ਸੀਗਾ, ਫਿਰ ਸਾਰਾ ਕੁਝ ਸਾਹਮਣੇ ਆਉਂਦਾ। ਸੋ ਕਹਿੰਦੇ ਸਿਰਫ ਲੱਗੇ ਰਹਿਣ ਨਹੀਂ, ਸਾਨੂੰ ਇਨਸਾਫ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਾਂ ਗੋਲੀਕਾਂਡ ਨੂੰ ਲੈ ਕੇ ਹਜੇ ਵੀ ਜਿਹੜੀਆਂ ਸਿੱਖ ਸੰਗਤਾਂ ਹੈ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਹੀ ਹੈ, ਜੋ ਇਨਸਾਫ ਚਾਹੁੰਦੇ ਸੀ ਉਹ ਉਹਨਾਂ ਨੂੰ ਨਹੀਂ ਮਿਲ ਰਿਹਾ। ਅੱਜ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ। ਫਰੀਦਕੋਟ ਦੇ ਕੋਟਕਪੂਰਾ ਦੇ ਅਸੀਂ ਉਸ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ ਇਨਸਾਫ ਲਈ ਉਦੋਂ ਸੰਗਤਾਂ ਬੈਠੀਆਂ ਸੀਗੀਆਂ 2015 ਦੇ ਵਿੱਚ, ਤਾਂ ਉਸ ਵਕਤ ਜਦੋਂ ਗੋਲੀ ਚੱਲਦੀ ਹੈ ਤਾਂ ਇਸੇ ਜਗ੍ਹਾ 'ਤੇ ਜਿਹੜੀ ਉਹ ਸੰਗਤ ਬੈਠੀ ਸੀਗੀ, ਤਾਂ ਅੱਜ ਇਸੇ ਜਗ੍ਹਾ 'ਤੇ ਅੱਜ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਉਹਨਾਂ ਵੱਲੋਂ ਕੀਤਾ ਜਾਵੇਗਾ ਸੰਗਤਾਂ ਵੱਲੋਂ, ਅੱਜ ਵੱਡੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਸੰਗਤਾਂ ਪਹੁੰਚਣਗੀਆਂ, ਤਾਂ
ਜਿਹੜੇ ਨਾਲ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਜਾਂ ਵਰਕਰ ਉਹ ਵੀ ਇੱਥੇ ਪਹੁੰਚੇ ਹੋਏ ਨੇ, ਤਾਂ ਗੱਲਬਾਤ ਕਰਾਂਗੇ ਕਿ ਆਖਰ ਉਹ ਕਿਹੜਾ ਇਨਸਾਫ ਅਜੇ ਜਿਹੜਾ ਪੈਂਡਿੰਗ ਪਿਆ ਜਿਹੜਾ ਇਹ ਚਾਹੁੰਦੇ ਨੇ। ਗੱਲਬਾਤ ਕਰਦੇ ਹਾਂ ਆਪਾਂ ਮਹਿੰਦੀ ਰਤਾ ਜੀ ਸਾਡੇ ਨਾਲ ਆ, ਸੀਨੀਅਰ ਪੱਤਰਕਾਰ ਹੈ, ਕਿਉਂਕਿ ਗਰਾਊਂਡ ਲੈਵਲ 'ਤੇ ਇਹਨਾਂ ਨੇ ਜਿੰਨਾ ਵਾਰ ਕੇ ਇੱਥੇ ਵਾਚ ਕੀਤਾ ਤਾਂ ਮੈਨੂੰ ਲੱਗਦਾ ਵੀ ਹੋਰ ਕਿਸੇ ਨੂੰ ਨਹੀਂ ਪਤਾ ਨਾ। ਮਹਿੰਦੀ ਰਤਾ ਜੀ ਕੀ ਲੋੜ ਪੈ ਗਈ ਹੈ, ਕਿਉਂਕਿ ਲਗਾਤਾਰ ਤੁਸੀਂ ਵੇਖਿਆ ਮੋਰਚੇ ਵੀ ਬਥੇਰਾ ਟਾਈਮ ਚੱਲੇ ਹੈ, ਤਾਂ ਉਹ ਕਿਹੜਾ ਇਨਸਾਫ ਅਜੇ ਬਾਕੀ ਪਿਆ ਜਿਹਦੇ ਵਾਸਤੇ ਹਜੇ ਵੀ ਸੰਗਤਾਂ ਨੂੰ ਇਕੱਠੀਆਂ ਹੋ ਕੇ ਅੱਜ ਉਸ ਜਗ੍ਹਾ 'ਤੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ, ਉਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ? ਦੇਖੋ ਜੀ ਗੁਰਜੀਤ ਸਿੰਘ ਮਾਣਾ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ, DS ਚੈਨਲ ਦਾ ਧੰਨਵਾਦ, ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਬਹੁਤ ਸਾਰੀਆਂ ਉਹ ਗੱਲਾਂ ਦੱਸਣੀਆਂ ਜ਼ਰੂਰੀ ਸਮਝਦਾ ਜਿੰਨਾ ਬਾਰੇ ਅਜੇ ਮੀਡੀਆ 'ਚ ਆਇਆ ਨਹੀਂ। 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੁੰਦੇ ਨੇ ਦਿਨ ਦਿਹਾੜੇ, ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਬੁਰਜ ਜਵਾਹਰ ਸਿੰਘ ਵਾਲਾ। 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੋਸਟਰ ਲੱਗ ਜਾਂਦੇ ਨੇ, ਡੇਰਾ ਪ੍ਰੇਮੀ ਕਹਿੰਦੇ ਨੇ ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜ਼ੇ 'ਚ ਹੈ, ਲੱਭ ਸਕਦੇ ਹੋ ਲੱਭ ਲਓ, ਹੈ ਵੀ ਪ੍ਰਗਾੜੀ 'ਚ, ਅਤੇ ਅਸੀਂ ਉਹਨੂੰ 10 ਲੱਖ ਰੁਪਈਆ ਨਕਦ ਇਨਾਮ ਦੇਵਾਂਗੇ ਸਲਾਤਪੁਰੇ ਡੇਰੇ ਵਿਖੇ। ਉਸ ਵੇਲੇ ਵੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਪੁਲਿਸ ਇੱਕ ਵੀ ਡੇਰਾ ਪ੍ਰੇਮੀ ਨੂੰ ਤਫਤੀਸ਼ ਸ਼ਾਮਿਲ ਨਹੀਂ ਕਰਦੀ। 12 ਅਕਤੂਬਰ ਨੂੰ ਬੇਅਦਬੀ ਕਾਂਡ ਨੂੰ ਅੰਜਾਮ ਦੇ ਦਿੱਤਾ ਜਾਂਦਾ ਅਤੇ 14 ਅਕਤੂਬਰ ਨੂੰ ਆਪਾਂ ਜਿਹੜੀ ਜਗ੍ਹਾ 'ਤੇ ਖੜ੍ਹੇ ਹਾਂ, 6:30 ਵਜੇ ਤੜਕਸਾਰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀ ਅੱਤਿਆਚਾਰ ਢਾਇਆ ਜਾਂਦਾ। ਸਾਲ 2015 12 ਅਕਤੂਬਰ ਸੁਬਾਹ 6:30 ਵਜੇ ਮੈਂ ਇੱਥੇ ਹਾਜ਼ਰ ਸੀ, ਮੇਰੇ ਅੱਖਾਂ ਦੇ ਸਾਹਮਣੇ ਹੋਇਆ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਜਾਂਚ ਕਮਿਸ਼ਨ ਬਣੇ, ਬਹੁਤ ਸਾਰੀ SIT ਜਾਂਚ ਟੀਮਾਂ ਬਣੀਆਂ, ਉਹਨਾਂ ਨੇ ਜਿਹੜੀਆਂ ਚਲਾਨ ਰਿਪੋਰਟਾਂ ਅਦਾਲਤਾਂ ਦੇ ਵਿੱਚ ਵੱਖ ਵੱਖ ਸਮੇਂ ਪੇਸ਼ ਕੀਤੀਆਂ ਨੇ, ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ। ਅਸਲ ਜਦੋਂ 14 ਅਕਤੂਬਰ ਨੂੰ ਇੱਥੇ 6:30 ਵਜੇ ਇੱਥੋਂ 1.5 ਜਾਂ 2 ਘੰਟਿਆਂ ਬਾਅਦ ਬਹਿਬਲ ਕਲਾਂ ਵਿਖੇ ਇਹੀ ਕੁਛ ਹੁੰਦਾ, ਉਸ ਵੇਲੇ ਕਹਿੰਦੇ ਨੇ ਕਿ ਪਹਿਲਾਂ ਭੀੜ ਦੇ ਵਿੱਚੋਂ ਸੰਗਤ ਦੇ ਵਿੱਚੋਂ ਗੋਲੀ ਚੱਲੀ ਜਾਂ ਪਥਰਾਅ ਹੋਇਆ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਬਾਅਦ 'ਚ ਸਿੱਧ ਹੋ ਗਿਆ ਧਾਰਾ 164 ਤਹਿਤ ਅਦਾਲਤ 'ਚ ਜਿਹੜੇ ਬਿਆਨ ਹੋਏ ਨੇ ਆਪਾਂ ਉਹਨਾਂ ਦੀ ਗੱਲ ਕਰੀਏ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ SIT ਵੱਲੋਂ ਜਿਹੜਾ ਪੇਸ਼ ਕੀਤਾ ਗਿਆ ਜਾਂ ਹੋਰ ਜਾਂਚ ਕਮਿਸ਼ਨਾਂ ਵੱਲੋਂ ਪੇਸ਼ ਕੀਤਾ ਗਿਆ, ਉਹਦੇ 'ਚ ਇਹ ਹੈ ਵੀ ਇੱਕ ਤੁਹਾਡੇ ਕੋਈ ਕਾਰੋਬਾਰੀ ਹੈ ਇੱਥੇ ਕਾਰ ਏਜੰਸੀ ਦਾ ਮਾਲਕ ਪੰਕਜ ਬਾਂਸਲ, ਉਹਦਾ ਡਰਾਈਵਰ ਅਤੇ ਉਹਦਾ ਮੈਨੇਜਰ ਅਤੇ ਉਹਦਾ ਗਨਮੈਨ, ਉਹਨਾਂ ਦੇ ਜਿਹੜੇ ਬਿਆਨ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਉਹ ਕਹਿੰਦੇ ਨੇ ਵੀ ਜਿਹੜਾ ਵਿਕਰਮਜੀਤ ਸਿੰਘ SP ਸੀ ਉਹਨੇ ਸਾਨੂੰ ਨਾਲ ਲਿਆ ਕਿ ਉਸ ਪੰਕਜ ਬਾਂਸਲ ਦੀ 12 ਬੋਲ ਦੀ ਰਾਈਫਲ, ਜਿਹੜਾ ਉਹਦਾ ਗਨਮੈਨ ਹੈ, ਉਹਦੇ ਨਾਲ ਉੱਥੋਂ ਦਾ ਇੱਕ ਵਕੀਲ ਹੈ, ਉਸ ਵਕੀਲ ਦੀ ਕੋਠੀ ਦੇ ਵਿੱਚ ਜਿਪਸੀ 'ਤੇ ਗੋਲੀਆਂ ਮਾਰੀਆਂ। ਇਹ ਸਾਰਾ ਕੁਝ ਬਿਆਨ ਹੋ ਗਿਆ ਜਿਹੜਾ ਉਹ ਪਹਿਲਾਂ ਕਹਿੰਦੇ ਸੀ ਕਿ ਉੱਥੇ ਅੰਦਰੋਂ ਪਹਿਲਾਂ ਗੋਲੀ ਚੱਲੀ, ਸਾਡੀ ਜਿਪਸੀ 'ਤੇ ਗੋਲੀ ਚੱਲੀ, ਉਹ ਸਾਰਾ ਕੁਝ ਕਲੀਅਰ ਹੋ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਕੀ ਹਰ ਤਰ੍ਹਾਂ ਦੇ ਅਸਲ ਸਬੂਤ ਮਿਟਾ ਕੇ ਅਤੇ ਨਕਲ ਸਬੂਤ ਪੈਦਾ ਕਰਨ ਦੀ ਇਜਾਜ਼ਤ ਦੇਤੀ ਸੀ, ਖੁੱਲ੍ਹ ਦੇਤੀ ਸੀ? ਇੱਥੋਂ ਤੱਕ ਕਿ ਜਿਹੜੇ 2 ਮ੍ਰਿਤਕ ਸਿੱਖ ਨੌਜਵਾਨ ਨੇ, ਉਹਨਾਂ ਦਾ ਨਾਂ ਕਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਵਾਸੀ ਸਰਾਵਾਂ, ਉਹਨਾਂ ਦੇ ਸਰੀਰ 'ਚੋਂ ਜਿਹੜੀਆਂ ਗੋਲੀਆਂ ਨਿਕਲੀਆਂ ਉਹ ਵੀ ਟੈਂਪਰ ਕੀਤੀਆਂ ਗਈਆਂ। ਇੱਥੋਂ ਤੱਕ ਉਹਨਾਂ ਨੂੰ ਖੁੱਲ੍ਹ ਸੀ ਬਈ ਤੁਸੀਂ ਜੋ ਮਰਜ਼ੀ ਕਰੋ। ਹੁਣ ਆਪਾਂ ਇਸ ਗੱਲ 'ਤੇ ਆਈਏ, ਇੱਥੇ ਜਿਹੜੇ ਜ਼ਖਮੀ ਹੁੰਦੇ ਨੇ ਉਹਨਾਂ ਦੇ ਜਦੋਂ ਬਿਆਨ ਆਉਂਦੇ ਨੇ ਅਤੇ ਬਿਆਨ SIT ਕੋਲ ਬਕਾਇਦਾ ਦਰਜ ਨੇ, ਉਹਨਾਂ ਬਿਆਨਾਂ 'ਚੋਂ ਕਹਿੰਦੇ ਨੇ ਕਿ ਸਾਨੂੰ ਇੱਥੇ ਸਿਵਲ ਹਸਪਤਾਲ ਛੱਡੋ, ਪ੍ਰਾਈਵੇਟ ਹਸਪਤਾਲਾਂ 'ਚ ਵੀ ਇਲਾਜ ਕਰਾਉਣ ਦੀ ਇਜਾਜ਼ਤ ਨਹੀਂ ਸੀ।
ਅਸੀਂ ਜੇਕਰ ਕਿਸੇ ਹੋਰ ਜ਼ਿਲ੍ਹੇ 'ਚ ਹੋਰ ਸ਼ਹਿਰ 'ਚ ਜਾ ਕੇ ਪੰਜਾਬ ਦੇ ਕਰਾਇਆ ਨਾ ਤਾਂ ਅਸੀਂ ਇਹ ਬੜਾ ਡਰ ਕੇ ਅਤੇ ਬੜੇ ਪਰਦੇ ਨਾਲ ਇਲਾਜ ਕਰਾਇਆ। ਇੱਥੋਂ ਤੱਕ ਕਿ ਨਾਲੇ ਤਾਂ ਤਸ਼ੱਦਦ ਕੀਤਾ ਗਿਆ, ਨਾਲੇ ਉਹ ਜ਼ਖਮੀ ਕੀਤੇ ਗਏ ਅਤੇ ਨਾਲੇ ਉਹਨਾਂ ਨੂੰ ਇਜਾਜ਼ਤ ਵੀ ਨਹੀਂ ਦਿੱਤੀ ਗਈ ਬਈ ਉਹ ਇਲਾਜ ਕਰਵਾ ਸਕਣ। ਇਸ ਤਰ੍ਹਾਂ ਦੇ ਡਾਕਟਰਾਂ ਦੇ ਵੀ ਬਿਆਨ ਹੋਏ ਨੇ। ਹੁਣ ਜਿਹੜੀ ਤੁਸੀਂ ਅੱਜ ਵਾਲੀ ਗੱਲ ਦਾ ਸਵਾਲ ਕੀਤਾ ਵੀ ਅੱਜ ਇੱਥੇ ਕੀ ਹੋਣਾ, ਇੱਥੇ ਭਾਈ ਸੁਖਜੀਤ ਸਿੰਘ ਖੋਸਾ ਜੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਨੇ, ਉਹਨਾਂ ਨੇ ਬਹੁਤ ਸਾਰੀਆਂ ਗੈਰ ਸਿਆਸੀ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਸੰਪਰਕ ਕੀਤਾ। ਉਹਨਾਂ ਨੇ ਕਿਹਾ ਵੀ ਇੱਥੇ ਆਪਾਂ ਸ਼ਾਂਤਮਈ ਕਰਨਾ ਹੈ, ਇਹ ਜਿਹੜਾ ਅੱਜ ਪ੍ਰੋਗਰਾਮ ਕਰਨਾ। ਉਹ ਤਾਲਮੇਲ ਦੀ ਕਮੀ ਇਉਂ ਰਹਿ ਗਈ ਬਈ ਕਿਸੇ ਨੇ 7 ਤੋਂ 10 ਦਾ ਟਾਈਮ ਦਿੱਤਾ, ਕਿਸੇ ਨੇ 8 ਤੋਂ 11 ਦਾ ਦਿੱਤਾ, ਕਿਸੇ ਨੇ 9 ਤੋਂ 12 ਦਾ ਦਿੱਤਾ। ਉਹਦੇ ਕਰਕੇ ਤਾਲਮੇਲ ਦੀ ਕਮੀ ਹੈ। ਇੱਕ ਤਾਂ ਕੋਈ ਰੋਡ ਬਲੋਕ ਨਹੀਂ ਹੋਣਾ, ਇੱਕ ਇੱਥੇ ਉਹਨਾਂ ਨੇ ਸ਼ਾਂਤਮਈ ਨਾਮ ਸਿਮਰਨ ਕਰਨ ਤੋਂ ਬਾਅਦ ਵਿਚਾਰਾਂ ਹੀ ਹੋਣੀਆਂ ਨੇ ਕਿ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਅਦਾਲਤ 'ਚ ਕੇਸ ਕਿਉਂ ਤਬਦੀਲ ਕੀਤੇ ਗਏ। 9 ਸਾਲ ਬੀਤਣ ਦੇ ਬਾਵਜੂਦ ਚੌਥਾ ਮੁੱਖ ਮੰਤਰੀ ਆ ਗਿਆ, ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਫਿਰ ਕੈਪਟਨ ਅਮਰਿੰਦਰ ਸਿੰਘ ਜੀ, ਫਿਰ ਚਰਨਜੀਤ ਸਿੰਘ ਚੰਨੀ ਜੀ, ਅੱਜ ਭਗਵੰਤ ਸਿੰਘ ਮਾਨ ਜੀ। ਇਨਸਾਫ ਕਿਉਂ ਨਹੀਂ ਮਿਲ ਰਿਹਾ, ਆਹ ਮੰਗਾਂ ਨੇ ਇਹਨਾਂ। ਇਨਸਾਫ ਜਿਵੇਂ ਹੁਣ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੀ ਚਲਾਨ ਪੇਸ਼ ਹੋ ਗਏ ਹੈ, ਹਾਂ ਬਹਿਬਲ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੀ ਜਿਹੜਾ ਚਲਾਨ ਹੋ ਸਕਦਾ ਜਲਦੀ ਪੇਸ਼ ਹੋ ਜਾਏ, ਫਿਰ ਹੋਰ ਫਿਰ ਕਿਉਂਕਿ ਹੁਣ ਜਦੋਂ ਮਾਣਯੋਗ ਅਦਾਲਤ ਦੇ ਵਿੱਚ ਜਿਹੜਾ ਚੱਲ ਰਿਹਾ ਸਾਰਾ ਸਿਸਟਮ, ਫਿਰ ਵੀ ਜਿਹੜਾ ਇਨਸਾਫ ਵਾਸਤੇ ਫਿਰ ਸੜਕਾਂ 'ਤੇ ਉਤਰਨਾ ਪਿਆ। ਦੇਖੋ ਉਹਨਾਂ ਦੇ ਨਾ ਜਿਹੜੀ ਦਲੀਲ ਦੇ ਰਹੇ ਨੇ, ਦੋਸ਼ ਹੈ ਅਤੇ ਤਰਕ ਹੈ, ਉਹ ਵੀ ਬੜਾ ਜਵਾਬ ਦੇਣ ਵਾਲਾ। ਉਹ ਕਹਿੰਦੇ ਨੇ ਬਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਚਲਾਨ ਪੇਸ਼ ਕਰਤੇ, ਨਾਮਜ਼ਦ ਕਰਤੇ, ਨਾਮਜ਼ਦ ਮਤਲਬ ਮੁਲਜ਼ਮ ਦੋਸ਼ੀ ਉਹਨਾਂ ਨੂੰ ਅਦਾਲਤ ਨੇ ਐਲਾਨਣਾ, ਪਰ ਉਹ ਮੁਲਜ਼ਮ ਨੇ ਜਿਹੜੇ ਉਹ ਜ਼ਮਾਨਤਾਂ ਲੈ ਕੇ ਬਾਹਰ ਫਿਰਦੇ ਨੇ ਅਤੇ ਉਹਨਾਂ ਨੂੰ ਬਕਾਇਦਾ ਸੁਰੱਖਿਆ ਕਰਮਚਾਰੀ ਦਿੱਤੇ ਗਏ ਨੇ। ਜਿਹੜੇ ਬੰਦੀ ਸਿੰਘਾਂ ਦੀ ਉਹ ਗੱਲ ਕਰਦੇ ਨੇ, ਬਹੁਤ ਸਾਰੇ ਉਹ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਦੂਰ ਦੀ ਗੱਲ, ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ, ਇਹਨਾਂ ਨੂੰ ਜ਼ਮਾਨਤਾਂ ਕਿਉਂ? ਇਹ ਵੀ ਉਹਨਾਂ ਦਾ ਇੱਕ ਤਰਕ। ਮੁੱਖ ਮੰਤਰੀ ਪੰਜਾਬ ਨੇ ਤਾਂ ਕਹਿਤਾ ਸਿੱਧੇ ਤੌਰ 'ਤੇ ਵੀ ਅਸੀਂ ਲੱਗੇ ਹੋਏ ਹਾਂ, ਸਾਨੂੰ ਸਾਰਾ ਕੁਝ ਜਿਹੜਾ ਬਰੀਕੀ ਦੇ ਨਾਲ ਅਸੀਂ ਲੱਗੇ ਹੋਏ ਹਾਂ ਮਿਲ ਰਿਹਾ ਹੈ, ਅਤੇ ਜੇਕਰ ਅਸੀਂ ਨਾ ਇਨਸਾਫ ਦਵਾਵਾਂਗੇ ਤਾਂ ਅਸੀਂ ਵੀ ਦੋਸ਼ੀ ਹੋਵਾਂਗੇ, ਸਾਨੂੰ ਵੀ ਲੋਕ ਨਕਾਰ ਦੇਣਗੇ, ਉਹਨਾਂ ਨੇ ਇਹ ਗੱਲ ਕਹੀ ਹੈ। ਬਿਲਕੁਲ ਠੀਕ ਹੈ, ਮੈਂ ਵੀ ਨਾ ਤੁਹਾਡੀ ਤਰ੍ਹਾਂ ਬਹੁਤ ਸਾਰੇ ਇਹੋ ਜਿਹੇ ਸਿੱਖ ਚਿੰਤਕ ਨੇ, ਪੰਥਕ ਵਿਦਵਾਨ ਨੇ, ਪੀੜਿਤ ਪਰਿਵਾਰ ਨੇ, ਪੰਥ ਦਰਦੀ ਨੇ ਜਾਂ ਚਸ਼ਮਦੀਦ ਗਵਾਹ ਨੇ, ਉਹਨਾਂ ਨਾਲ ਮੈਂ ਵੀ ਗੱਲ ਕੀਤੀ ਹੈ ਅਤੇ ਉਹ ਇਹੀ ਕਹਿੰਦੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਇਹੀ ਕਹਿੰਦੇ ਸੀ ਅਸੀਂ ਲੱਗੇ ਹੋਏ ਹਾਂ, ਕੈਪਟਨ ਅਮਰਿੰਦਰ ਸਿੰਘ ਵੀ ਇਹੀ ਕਹਿੰਦੇ ਸੀ ਇਹ ਲੱਗੇ ਹੋਏ ਆ, ਚਰਨਜੀਤ ਸਿੰਘ ਚੰਨੀ ਵੀ ਇਹੀ ਕਹਿੰਦੇ ਸੀ ਇਹ ਲੱਗੇ ਹੋਏ ਆ। ਭਗਵੰਤ ਸਿੰਘ ਮਾਨ ਨੇ ਕਿਹਾ ਸੀ ਬਈ ਮੈਂ 24 ਘੰਟਿਆਂ ਦੇ ਅੰਦਰ ਅੰਦਰ ਇਨਸਾਫ ਦਵਾਊਂਗਾ। ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ, ਉਹ ਕਹਿੰਦੇ ਬਈ ਸਾਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਜੇਕਰ ਲੱਗੇ ਹੋਏ ਆ ਲੱਗੇ ਹੋਣ, 1 ਜੂਨ 2018 ਨੂੰ ਭਾਈ ਧਿਆਨ ਸਿੰਘ ਮਾਨ ਦੀ ਅਗਵਾਈ 'ਚ ਬਰਗਾੜੀ ਵਿਖੇ ਜਦੋਂ ਮੋਰਚਾ ਲੱਗ ਜਾਂਦਾ, ਉਹਦੇ 'ਚ ਉਹ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਪੀੜਿਤ ਪਰਿਵਾਰਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ, 3 ਸੀ ਉਹਨਾਂ ਦੀਆਂ ਮੰਗਾਂ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਅਗਵਾਈ ਵਾਲੇ ਜਿਹੜਾ ਟੀਮ ਹੈ ਉਹਨੂੰ ਐਕਟਿਵ ਕਰਦੇ ਨੇ, ਫਿਰ ਰਣਬੀਰ ਸਿੰਘ ਖੱਟੜਾ ਵੱਲੋਂ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਜਾਂਦਾ, ਇਹਦਾ ਮਤਲਬ ਪੁਲਿਸ ਨੂੰ ਸਾਰਾ ਪਤਾ ਸੀਗਾ, ਫਿਰ ਸਾਰਾ ਕੁਝ ਸਾਹਮਣੇ ਆਉਂਦਾ। ਸੋ ਕਹਿੰਦੇ ਸਿਰਫ ਲੱਗੇ ਰਹਿਣ ਹੀ, ਸਾਨੂੰ ਇਨਸਾਫ ਚਾਹੀਦਾ। ਤਾਂ ਸੁਣਿਆ ਤੁਸੀਂ ਬੜੀ ਬਰੀਕੀ ਦੇ ਨਾਲ ਦੱਸਿਆ, ਅਤੇ ਅੱਜ ਉਸ ਜਗ੍ਹਾ 'ਤੇ ਦੇਖ ਸਕਦੇ ਹੋ ਤੁਸੀਂ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੈ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਪੁਲਿਸ ਦੀ ਜਿਹੜੇ ਅਧਿਕਾਰੀ ਨੇ ਕਰਮਚਾਰੀ ਉਹ ਇੱਥੇ ਮੌਜੂਦ ਨੇ, ਉਹ ਇੱਥੇ ਪਹੁੰਚੇ ਹੋਏ ਨੇ। ਹਾਲਾਂਕਿ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਇਨਸਾਫ ਸਾਨੂੰ ਚਾਹੀਦਾ ਸੀ ਹਜੇ ਨਹੀਂ ਮਿਲਿਆ ਗਾ, ਅਸੀਂ ਬੜਾ ਜਿਹੜਾ ਇਹ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਕਰਾਂਗੇ।
ਤਾਂ ਕੋਈ ਵੀ ਅਸੀਂ ਰੋਡ ਬਲੋਕ ਨਹੀਂ ਕਰਾਂਗੇ। ਤਾਂ ਇਹ ਵੀ ਇਹਨਾਂ ਨੇ ਅੱਜ ਗੱਲ ਕਹੀ ਹੈ। ਤਾਂ ਹਰ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ। ਤਾਂ ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਕੋਟਪੁਰਾ, ਜ਼ਿਲ੍ਹਾ ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।